ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਭੱਟੀ ਭੜੀ ਵਾਲਾ। ਸਭ ਤੋਂ ਪਹਿਲਾਂ ਮੈਂ ਦੁਨੀਆ ਭਰ 'ਚ ਵੱਸਦੇ ਪੰਜਾਬੀਆਂ ਦਾ, ਪੰਜਾਬੀ ਮਾਂ ਬੋਲੀ ਦੇ ਵਾਰਸਾਂ ਦਾ, ਸੁਹਿਰਦ ਪੰਜਾਬੀਆਂ ਦਾ, ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦਾ ਕਿ ਤੁਸਾਂ ਮੇਰੇ ਲਿਖੇ ਗੀਤਾਂ, ਖਾਸ ਕਰਕੇ ਅਸੀਂ ਜਦੋਂ ਤੋਂ ਇੱਕ ਮੁਹਿੰਮ ਲੱਚਰ ਗਾਇਕੀ, ਘਟੀਆ ਗੈਰ ਮਿਆਰੀ ਗੀਤਕਾਰੀ ਅਤੇ ਗਾਇਕੀ ਦੇ ਖਿਲਾਫ ਇੱਕ ਮੁਹਿੰਮ ਵਿੱਢੀ ਸੀ, ਅਸੀਂ ਇੱਕ ਪ੍ਰੋਮਿਸ, ਇੱਕ ਵਾਅਦਾ ਕੀਤਾ ਸੀ ਤੁਹਾਡੇ ਨਾਲ ਕਿ ਆਪਾਂ ਪੰਜਾਬ ਜਿਹੜਾ ਉਹ ਬਦਲ ਜਾਏਗਾ, ਪੰਜਾਬ ਬਦਲ ਜਾਣਾ, ਪੰਜਾਬ 'ਚ ਬਹੁਤ ਅੱਛੇ ਅੱਛੇ ਗੀਤ ਆਉਣਗੇ, ਮੇਲਿਆਂ ਵਾਲੇ ਗੀਤ ਆਉਣਗੇ, ਸੱਭਿਆਚਾਰਕ ਗੀਤ ਆਉਣਗੇ। ਉਦੋਂ ਲੋਕ ਸਾਨੂੰ ਬਹੁਤ ਸਾਰੇ ਲੋਕਾਂ ਦੇ ਹਾਂ ਪੱਖੀ ਜਵਾਬ ਵੀ ਆਏ, ਸਾਨੂੰ ਬੜੀਆਂ ਸੁਭ ਇੱਛਾਵਾਂ ਵੀ ਆਈਆਂ, ਸਾਡਾ ਹੌਸਲਾ ਅਫਜਾਈ ਵੀ ਕੀਤੀ। ਪਰ ਕਾਫੀ ਸਾਰੇ ਮਿੱਤਰਾਂ ਦੋਸਤਾਂ ਨੇ ਜਿਹੜੇ ਚਾਹੁੰਦੇ ਨਹੀਂ ਕਿ ਪੰਜਾਬ ਬਦਲੇ, ਜਿਹੜੇ ਚਾਹੁੰਦੇ ਨਹੀਂ ਕਿ ਪੰਜਾਬ 'ਚ ਅੱਛੇ ਗੀਤ ਆਉਣ, ਜਿਹੜੇ ਚਾਹੁੰਦੇ ਨਹੀਂ ਕਿ ਪੰਜਾਬ ਜਿਹੜਾ ਮੁੜ ਕੇ ਮੇਲਿਆਂ ਵਾਲਾ ਪੰਜਾਬ, ਰੰਗਲਾ ਪੰਜਾਬ ਬਣੇ। ਉਹਨਾਂ ਲੋਕਾਂ ਦਾ ਕਹਿਣਾ ਸੀ ਕਿ ਕਦੇ ਗੱਲਾਂ ਕਰਕੇ ਜਾਂ ਫੇਸਬੁੱਕ 'ਤੇ ਸਟੇਟਸ ਪਾ ਕੇ ਜਿਹੜਾ ਇੱਦਾਂ ਬਦਲਾਅ ਨਹੀਂ ਆਉਂਦੇ, ਇੱਦਾਂ ਸੱਭਿਆਚਾਰ ਨਹੀਂ। ਅਤੇ ਬਹੁਤ ਸਾਰੇ ਗਾਇਕ ਇਹ ਵੀ ਕਹਿੰਦੇ ਸੀ ਕਿ ਹੁਣ ਅਸੀਂ ਕੀ ਧਾਰਮਿਕ ਗਾਉਣ ਲੱਗ ਜਾਈਏ ਜਾਂ ਢਾਡੀ ਗਾਉਣ ਲੱਗ ਜਾਈਏ ਅਸੀਂ ਛੱਡ ਕੇ। ਪਰ ਅਸੀਂ ਉਦੋਂ ਵੀ ਕਿਹਾ ਸੀ ਕਿ ਗਾਉਣ ਲਈ ਬਹੁਤ ਕੁਛ ਹੈ ਪੰਜਾਬ ਦੇ ਵਿੱਚ, ਪੰਜਾਬੀ ਕਲਚਰ ਦੇ ਵਿੱਚ। ਐਸੀ ਕੋਈ ਗੱਲ ਨਹੀਂ ਕਿ ਅਸੀਂ ਤੁਹਾਡੇ ਕੋਈ ਪ੍ਰੋਗਰਾਮ ਬੰਦ ਕਰਾਉਣ ਲੱਗੇ ਹਾਂ ਜਾਂ ਤੁਹਾਡਾ ਅਸੀਂ ਕੋਈ ਗਾਇਕੀ ਬੰਦ ਕਰਾਉਣ ਲੱਗੇ ਹਾਂ। ਸਿਰਫ ਕਲਮ ਨੂੰ ਥੋੜ੍ਹਾ ਜਿਹਾ ਚੇਂਜ ਕਰਨ ਦੀ ਲੋੜ ਹੈ, ਬਦਲਣ ਦੀ ਲੋੜ ਹੈ, ਇਹਨੂੰ ਸੁਧਾਰਨ ਦੀ ਲੋੜ ਹੈ। ਸੋ ਕਹਿਣ ਦੇ ਮੁਤਾਬਕ, ਵਾਅਦੇ ਦੇ ਮੁਤਾਬਕ ਮੈਂ ਆਪਣੇ ਵੱਲੋਂ ਉਪਰਾਲਾ ਕੀਤਾ, ਕਿਉਂਕਿ ਜੇ ਮੈਂ ਗੱਲ ਕਹੀ ਤਾਂ ਉਹਦੇ 'ਤੇ ਅਗਰ ਮੈਂ ਖਰਾ ਨਹੀਂ ਉਤਰਦਾ ਤਾਂ ਮੇਰੀ ਗੱਲ ਜਿਹੜੀ ਆ ਉਹ ਨਿਗੂਣੀ ਹੋ ਕੇ ਰਹਿ ਜਾਂਦੀ ਹੈ। ਸੋ ਮੈਂ ਜਿਹੜਾ ਪੰਜਾਬੀਅਤ ਨਾਲ, ਪੰਜਾਬੀ ਕੌਮ ਨਾਲ, ਪੰਜਾਬੀਆਂ ਨਾਲ ਇੱਕ ਵਾਅਦਾ ਕੀਤਾ ਸੀ ਕਿ ਪੰਜਾਬ ਮੇਲਿਆਂ ਵਾਲਾ ਪੰਜਾਬ ਬਣ ਜਾਏਗਾ, ਪੰਜਾਬ 'ਚ ਅੱਛੇ ਅੱਛੇ ਕਲਚਰਲ ਗੀਤ ਚੱਲਣ ਲੱਗ ਜਾਣਗੇ, ਉਹ ਸਮਾਂ ਆ ਗਿਆ। ਮੈਂ ਸਾਰਿਆਂ ਦਾ ਰੋਮ ਰੋਮ ਰਿਣੀ ਹੈ, ਸ਼ੁਕਰਗੁਜ਼ਾਰ ਹੈ, ਧੰਨਵਾਦੀ ਹੈ ਕਿ ਤੁਸੀਂ ਮੇਰੀ ਸੋਚ ਨੂੰ, ਮੇਰੇ ਖਿਆਲਾਂ ਨੂੰ, ਮੇਰੇ ਜਜ਼ਬਿਆਂ ਨੂੰ ਆਪਣਾ ਹਾਂ ਪੱਖੀ ਰਵੱਈਆ ਦੇ ਕੇ, ਆਪਣਾ ਹਾਂ ਪੱਖੀ ਹੁੰਗਾਰਾ ਦੇ ਕੇ ਉਹਨੂੰ ਪ੍ਰਵਾਨ ਚੜ੍ਹਾਉਣ 'ਚ ਮੇਰੀ ਮਦਦ ਕੀਤੀ। ਜੇ ਸਿੱਖ ਨੂੰ ਸਿੱਖ ਨਾ ਮਾਰੇ, ਸਿੱਖ ਕੌਮ ਕਦੇ ਨਾ ਹਾਰੇ, ਇਸ ਗੀਤ ਤੋਂ ਅਸੀਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਉਹ ਗਾਣਾ ਤੁਸੀਂ ਸਾਰਿਆਂ ਨੇ, ਪੂਰੀ ਦੁਨੀਆ ਜਾਣਦੀ ਹੈ। ਹੁਣ ਮੰਨਣ ਵਾਲੇ ਬੇਸ਼ੱਕ ਮੰਨਣ ਜਾਂ ਨਾ ਮੰਨਣ, ਠੀਕ ਹੈ ਜੀ, ਅਤੇ ਪਰ ਦੁਨੀਆ ਦੇ ਹਰ ਪੰਜਾਬੀ ਨੇ ਸੁਣਿਆ, ਹਰ ਪੰਜਾਬੀ ਨੂੰ ਪਤਾ, ਜਿਹਨੂੰ ਮਰਜ਼ੀ ਪੁੱਛ ਸਕਦੇ ਹਾਂ ਆਪਾਂ, ਹਰ ਬੰਦੇ ਨੇ ਗਾਣਾ ਸੁਣਿਆ। ਤੁਹਾਡੀ ਬਦੌਲਤ, ਕਿਉਂਕਿ ਤੁਸੀਂ ਲੋਕਾਂ ਨੇ ਉਹਨੂੰ ਇੰਨਾ ਲਾਈਕ ਸ਼ੇਅਰ ਕੀਤਾ ਕਿ ਉਹ ਲੋਕਾਂ ਨੂੰ ਗਾਣਾ ਸੁਣਨਾ ਪਿਆ, ਉਹੀ ਮਿਊਜ਼ਿਕ, ਫੋਕ ਮਿਊਜ਼ਿਕ ਅਤੇ ਫੋਕ ਲਹਿਜਾ। ਅਤੇ ਉਸ ਤੋਂ ਬਾਅਦ ਹੁਣ ਜਿਹੜਾ ਗੀਤ ਆਇਆ ਘੁੰਗਰੂ, ਮੈਂ ਵੀ ਕੱਲ੍ਹ ਜੁੱਤੀ ਨੂੰ ਲਵਾ ਲਏ ਘੁੰਗਰੂ, ਛਣ ਛਣ ਕਰਦੀ ਗਲੀ 'ਚੋਂ ਲੰਘਣਾ। ਸੋ ਇੱਕ ਪਿਓਰ ਸੱਭਿਆਚਾਰਕ, ਪਿਓਰ ਪਰਿਵਾਰਕ, ਸਮਾਜਿਕ, ਬਹੁਤ ਹੀ ਵਧੀਆ ਸਾਡੇ ਰਿਸ਼ਤਿਆਂ ਦੀ ਗੱਲ, ਬਈ ਪਿਆਰ ਦੀ ਗੱਲ, ਰੋਮਾਂਸ ਦੀ ਗੱਲ, ਪੰਜਾਬ ਦੀ ਸੁਰੀਲੀ ਉੱਗੀ ਫੋਕ ਗਾਇਕਾ, ਫੋਕ ਕੁਈਨ ਜਿਹਨੂੰ ਮੈਂ ਕਹਿਣਾ, ਰਾਖੀ ਹੁੰਦਲ, ਜਿਹੜੀ ਬਹੁਤ ਵਧੀਆ ਅਦਾਕਾਰਾ ਵੀ ਹੈ, ਫਿਲਮਾਂ ਦੇ ਵਿੱਚ ਬਹੁਤ ਅੱਛੀਆਂ ਉਹਨੇ ਰੋਲ ਨਿਭਾਏ ਨੇ। ਸੋ ਉਹਨਾਂ ਦੀ ਆਵਾਜ਼ ਦੇ ਵਿੱਚ ਆਇਆ ਗੀਤ ਘੁੰਗਰੂ, ਉਹਨੂੰ ਜਿੰਨਾ ਸਾਡੀ ਉਮੀਦ ਤੋਂ ਵੱਧ ਕੇ ਤੁਸੀਂ ਪਿਆਰ ਦਿੱਤਾ, ਉਹਦੇ ਲਈ ਵੀ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ, ਕਿਉਂਕਿ ਇਹ ਇੱਕ ਮੋਹਰ ਹੈ, ਇੱਕ ਸਟੈਂਪ ਹੈ ਜਿਹੜੀ ਲੱਚਰ ਗਾਇਕੀ ਜਾਂ ਘਟੀਆ ਗੈਰ ਮਿਆਰੀ ਗੀਤਕਾਰੀ ਆਪਾਂ ਕਹਿ ਲਈਏ ਜਾਂ ਗਾਇਕੀ, ਉਹਦੇ ਖਿਲਾਫ ਜਿਹੜਾ ਪਰੂਫ ਸੀ ਉਹਦੇ ਉੱਤੇ ਤੁਸੀਂ ਮੋਹਰ ਲਾਈ ਹੈ। ਤੁਸੀਂ ਸਾਬਤ ਕੀਤਾ ਕਿ ਅੱਛੇ ਗੀਤ ਲੋਕ ਸੁਣਦੇ ਨੇ, ਗੀਤ ਸੁਣਨ ਵਾਲੇ ਹੋਣੇ ਚਾਹੀਦੇ ਨੇ। ਆਹ ਗੀਤ ਦੇਖੋ, ਸੁਣੋ ਅਤੇ ਵੇਖੋ, ਦੋਨੋਂ ਹੀ ਸੁਣਨ ਵਾਲਾ ਵੀ ਹੈ, ਵੇਖਣ ਵਾਲਾ ਵੀ ਹੈ, ਕਿਸੇ 'ਤੇ ਕੋਈ ਇਤਰਾਜ਼ ਨਹੀਂ। ਮੈਂ ਹੈਰਾਨ ਹਾਂ ਕਿ ਉਹਨਾਂ ਸ਼ਖਸੀਅਤਾਂ ਦਾ ਜਿਨ੍ਹਾਂ ਦਾ ਮੈਂ ਸੋਚਦਾ ਸੀ ਕਦੇ ਜ਼ਿੰਦਗੀ 'ਚ ਇਹਨਾਂ ਦਾ ਵੀ ਸਾਨੂੰ ਪਿਆਰ ਮਿਲੂਗਾ ਜਾਂ ਆਸ਼ੀਰਵਾਦ ਮਿਲੂਗਾ ਜਾਂ ਇਹਨਾਂ ਦਾ ਕੋਈ ਕਮੈਂਟ ਸਾਡੇ ਗੀਤ ਸੁਣ ਕੇ ਆਏਗਾ, ਉਹਨਾਂ ਸਾਰਿਆਂ ਨੇ ਬੜਾ ਹੁਲਾਰਾ ਦਿੱਤਾ, ਹੁੰਗਾਰਾ ਦਿੱਤਾ, ਐਪਰੀਸ਼ੀਏਟ ਕੀਤਾ, ਉਹਨਾਂ ਦਾ ਵੀ ਮੈਂ ਤਹਿ ਦਿਲੋਂ ਧੰਨਵਾਦੀ ਹਾਂ। ਸੋ ਇੱਕ ਗੀਤ ਆ ਰਿਹਾ ਜੀ ਜੋੜੀ, ਸਰਬਜੀਤ ਚੀਮਾ, ਉਹੀ ਫੋਕ ਸਟਾਰ, ਰੰਗਲੇ ਪੰਜਾਬ ਦੀ ਸਿਫਤ ਸੁਣਾਵਾਂ, ਜਿੱਥੇ ਰੱਬ ਵਰਗੀਆਂ ਮਾਵਾਂ ਮੇਲਾ ਵੇਖਦੀ ਹੈ, ਮਟਿਆਰੇ ਮੇਲਾ ਤੈਨੂੰ ਵੇਖਦਾ, ਜਿਹਨਾਂ ਮੇਲਿਆਂ ਦੀ ਗੱਲ ਕਰਦੇ ਸੀ ਅਸੀਂ ਗੀਤ ਉਹੋ ਜਿਹੇ ਲਿਆਉਂਦੇ ਨੇ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਉੱਦਾਂ ਦੇ ਗੀਤ ਮਾਰਕੀਟ ਦੇ ਵਿੱਚ ਜੇ ਅਸੀਂ ਦੇਵਾਂਗੇ ਤਾਂ ਹੀ ਲੋਕਾਂ ਨੂੰ ਚੰਗੇ ਹਰਮਾੜੇ 'ਚ ਫਰਕ ਨਜ਼ਰ ਆਏਗਾ। ਸੋ ਤੁਹਾਡੇ ਪਿਆਰ ਸਦਕਾ ਸੁਖਸ਼ਿੰਦਰ ਛਿੰਦਾ ਦਾ ਗੀਤ, ਜੇ ਸਿੱਖ ਨੂੰ ਸਿੱਖ ਨਾ ਮਾਰੇ, ਰਾਖੀ ਹੁੰਦਲ ਦਾ ਗੀਤ, ਮੈਂ ਵੀ ਕੱਲ੍ਹ ਜੁੱਤੀ ਨੂੰ ਲਵਾ ਲਏ ਘੁੰਗਰੂ, ਛਣ ਛਣ ਕਰਦੀ ਗਲੀ 'ਚੋਂ ਲੰਘਣਾ, ਅਤੇ ਸਰਬਜੀਤ ਚੀਮੇ ਦਾ ਆਉਣ ਵਾਲਾ ਗੀਤ ਜੋੜੀ। ਸੋ ਇਹ ਤਿੰਨੋਂ ਗੀਤ ਇਸ ਗੱਲ ਦਾ ਪਰੂਫ ਨੇ, ਸਬੂਤ ਨੇ
गवाह ने प्रतक प्रमाण ने कि पंजाब दे विच अच्छी गायकी अच्छी शब्दावली अच्छी गीतकारी नूं लोग पसंद करते हैं दुनिया पसंद करती है। सो मेरी बेनती हाथ जोड़ के सारे पंजाबी दे गीतकारां नूं सारे मेरे तो सुलझे हुए ने मेरे तो वड्डे ने मेरे तो सूझवान ने मेरे सारे गायक भरावां नूं कि वीरो समा बदल गया सोच नूं बदलो समय के हिसाब नाल सोच बदलनी बहुत जरूरी है समय के नाल नहीं चलता समा उहदी कदर नहीं करता। सो समा हुण आ गया अच्छी उसारू ते सभ्यक गायकी दा गीतकारी दा आओ सारे रल के आपां आउण वाले समय च होर वधिया वधिया गीत वधिया वधिया बोल लै के अपने पंजाबी सभ्याचार की झोली पाईए ता कि साडी जिहड़ी पीढ़ी है आने वाली पीढ़ी जिहड़ी चिंतित है इस गल तो कि साडा कल्चर जिहड़ा वह की गंडासे गोलियां गन्ना दनालियां नशियां इदां दा साडा कल्चर है जां मैं भी कल जुत्ती नूं लवा ले घुंगरू छण छण करदी गली चों लंघणा जां जे सिख नूं सिख ना मारे सिख कौम कदे ना हारे मैसेज भरपूर उसारू गीत सही समाजिक सेध देण वाले गीत दा गीतां दी आपां सिरजना करिए ते आपां सारे रल के आओ पंजाब नूं फिर मेलियां वाला पंजाब रंगला पंजाब हसदा वसदा पंजाब खुशियां वाला पंजाब खेड़े वाला पंजाब बनाइए। ये गीतकारां दे हत्थां मैं पहलां भी कहना अज भी कहना कलम सब कुछ बदल दिंदी है कलम दे अगे कुछ नहीं खड़दा कलम समा भी बदल दिंदी है कलम हालात भी बदल दिंदी है कलम दिशा भी बदल दिंदी है ते कलम दशा भी बदल दिंदी है। सो कलम च बहुत पावर है गीतकार वीरो अपनी कलम की पावर नूं पहचानो वधिया गीत लिखो वधिया बोल लिखो आने वाले समय च बहुत जल्दी दुर्गा रंगीला एक बहुत वड्डा गीत तुहाडे सामने पेश करांगे जिहड़ा साबित करेगा कि गीत चलते ने जिहड़े लोग कहिंदे सी कि इहो जिहे गीत चलते नहीं वधिया गीत तो उह साबित करेगा कि इहो जिहे गीत चलते ने। उस तो बाद मलकीत सिंह गोल्डन स्टार यूके का गीत मीका सिंह का गीत जसवीर जसी का गीत बिल सिंह का गीत जी जगसी का गीत बहुत सारे गीत ने किन्हां किन्हां की गल करा ये गीत तुहाडे रूबरू जल्दी होणगे जिन्हां च सबूत होएगा प्रतक प्रमाण होएगा वधिया गायकी का वधिया पोएटरी का। सो अखीर दे विच मेरे वल्लों तुहाडा सारिआं दा बहुत बहुत धन्नवाद क्योंकि सोशल मीडिया के उत्ते फेसबुक से जां इंस्टाग्राम से जां वट्सअप से कई बार पॉसीबल नहीं हुंदा सारिआं नूं जवाब देना जां धन्नवाद करना। सो मेरी ये हाजरी प्रवान करियो वीरो सारे ते इन्हां गीतां नूं प्लीज़ जिन्ना हो सकता तुसीं वध तों वध लाइक करो जे अच्छा लगेगा तो मैं ये शब्द नाल बोलदा जे अच्छा लग्या तो जरूर लाइक करो शेयर भी कर दिओ क्योंकि तुहाडा जाना कुछ नहीं पर घट्टो घट्ट ये है ये उन्हां लोकां दे मूँह ते चपेड़ होएगी जिहड़े लोग कहिंदे ने कि असीं हुण धार्मिक गाउण बहि जाईए ते जां जिहड़े लोग कहिंदे ने कि सभ्याचार गीत नहीं चलते। सो आपां साबित करना कि सभ्याचार गीत चलते ने जे तुसीं मेरी सोच नूं मेरी हाँ नूं मेरी समझ नूं समझदे हो तो तुसीं जरूर लाइक करो शेयर करो इहनूं वध तों वध इहनां गीतां नूं। सो थैंक यू वेरी मच सारिआं दा बहुत बहुत धन्नवाद सत श्री अकाल बाय।